ਆ ਭਾਅ ਜੀ ਇੱਥੇ ਇੱਕ ਪਾਣੀ ਭਰ ਰਹੇ ਆ, ਆਪਾਂ ਗੱਲ ਕਰਦੇ ਇਹਨਾਂ ਨਾਲ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਪਾਣੀ ਕੀ ਕਰਨਾ ਤੁਸੀਂ? ਇਹ ਘਰਾਂ 'ਚ ਪਾਉਣੇ ਜੀ, 20 ਲੀਟਰ ਦਹਾਂ ਦਾ। ਅੱਛਾ, ਇਹ ਘਰਾਂ 'ਚ ਤੁਸੀਂ ਆਪਣੇ ਘਰ ਵਾਸਤੇ ਲਿਜਾ ਰਹੇ? ਨਹੀਂ ਜੀ, ਇਹ ਘਰਾਂ 'ਚ ਦੂਜੇ ਆਮ ਘਰਾਂ 'ਚ ਵੇਚਣ ਵਾਸਤੇ ਲਿਆਉਣੀ, ਵੇਚਣ ਵਾਸਤੇ। ਹਾਂਜੀ। ਅਤੇ ਜਿਹੜੇ ਇੱਥੇ ਪਿੰਡ ਆ, ਅਤੇ ਉਹਨਾਂ ਦਾ ਪਾਣੀ ਨੂੰ ਕੀ ਗੱਲ ਆ? ਉਹ ਪਾਣੀ ਮਾੜਾ ਜੀ। ਆ ਵੀ ਦੇਖੋ, ਨਹਿਰ ਦੇ ਉੱਤੇ ਆਮ ਨਲਕੇ ਲੱਗੇ। ਆਪਣੇ ਦੁਆਬੇ ਵਿੱਚ ਤਾਂ ਨਲਕੇ ਦਾ ਕੋਈ ਹੈ ਹੀ ਨਹੀਂ ਕਿਤੇ, ਪਰ ਆ ਦੇਖੋ ਇੱਥੇ ਆਮ ਨਲਕੇ ਲੱਗੇ ਹੋਏ ਆ, ਪਾਣੀ ਪੀਣ ਵਾਸਤੇ ਜਾਂ ਫਿਰ ਉੱਦਾਂ ਹੱਥ ਪੈਰ ਧੋਣ ਵਾਸਤੇ ਲੋਕ ਸਾਰੇ ਲੈ ਕੇ ਜਾ ਰਹੇ ਆ। ਮੇਰੇ ਪਿੱਛੇ ਨਹਿਰ ਦੇਖੋ ਤੁਸੀਂ, ਇਹਦੇ ਨਾਲ ਦੀਆਂ ਦੋ ਨਹਿਰਾਂ ਜਿਹੜੀਆਂ ਸਿੱਧੀਆਂ ਰਾਜਸਥਾਨ ਜਾ ਰਹੀਆਂ। ਇਹ ਸਾਰਾ ਪਾਣੀ ਆਪਾਂ ਕਹਿ ਸਕਦੇ ਪੰਜਾਬ ਦਾ ਹੀ ਆ, ਅਤੇ ਜਿਹੜਾ ਰਾਜਸਥਾਨ ਨੂੰ ਜਾ ਰਿਹਾ, ਵਧੀਆ ਗੱਲ ਆ। ਚਲੋ, ਵੰਡ ਕੇ ਖਾਣਾ ਚਾਹੀਦਾ, ਪੰਜਾਬੀਆਂ ਦੀ ਆਪਣੀ ਇੱਕ ਵੈਸੇ ਵੀ ਸੋਚ ਆ। ਸੋ ਵੀਰੋ, ਜਿਹੜਾ ਪਾਣੀ ਆ ਪੰਜਾਬ ਦਾ, ਹੈ ਨਾ, ਇਹਨੂੰ ਹੁਣ ਸਾਂਭਣ ਦੀ ਲੋੜ ਆ। ਇਹ ਨਾ ਹੋਵੇ ਕਿ ਕੱਲ੍ਹ ਨੂੰ ਸਾਡਾ ਵੀ ਇਹੀ ਹਾਲ ਹੋਵੇ ਕਿ ਪਾਣੀ ਪੀਣ ਨੂੰ ਇੱਧਰ ਉੱਧਰ ਲਿਆਉਣਾ ਪਵੇ। ਫਰੀਦਕੋਟ ਦਾ ਏਰੀਆ ਨਹਿਰ ਦੇ ਕੋਲ, ਆਹ ਦੇਖੋ ਲੋਕ ਪਾਣੀ ਘਰਾਂ ਨੂੰ ਭਰ ਭਰ ਕੇ ਲੈ ਕੇ ਜਾ ਰਿਹਾ। ਕਿੰਨੇ ਨਲਕੇ ਲੱਗੇ? 1, 2, 3, 4 ਅਤੇ 5 ਨਲਕੇ। ਆ ਜਿੰਨੇ ਵੀ ਮੋਟਰਸਾਈਕਲਾਂ 'ਤੇ ਖੜ੍ਹੇ ਆ, ਸਕੂਟਰਾਂ 'ਤੇ, ਇਹ ਸਾਰੇ ਪਾਣੀ ਲੈਣ ਹੀ ਆਏ ਆ। ਘਰਾਂ ਨੂੰ ਲਿਜਾਣ ਲਈ ਪਾਣੀ ਲਾਈਨ ਲੱਗੀ ਲੋਕਾਂ ਦੀ। ਦੇਖੋ ਇਸ ਟਾਈਮ ਆਹ ਨਹਿਰ ਹੈ, ਨਹਿਰ ਦੇ ਨਾਲ ਪਾਣੀ ਆ ਸਾਰਾ, ਤੁਸੀਂ ਦੇਖ ਸਕਦੇ ਹੋ। ਇਹ ਜਿਹੜੇ ਨਲਕੇ ਆ ਭਾਅ ਜੀ, ਇਹ ਸਰਕਾਰੀ ਲੱਗੇ ਹੋਏ ਆ? ਨਹੀਂ ਜੀ, ਪੌਂਦਨ ਕੀਤੇ ਹੋਏ। ਅੱਛਾ, ਸਰਕਾਰ ਨੇ ਨਹੀਂ ਲਵਾਏ? ਨਹੀਂ ਨਹੀਂ। ਅੱਛਾ, ਪੌਂਦਨ ਜਿੱਦਾਂ ਕੋਈ ਆਪਣੇ? ਹਾਂਜੀ, ਖੁਸ਼ੀਆਂ ਲਵਾ ਦਿੰਦਾ। ਖੁਸ਼ੀ ਨਾਲ ਲਵਾ ਦਿੰਦਾ? ਠੀਕ ਆ ਜੀ, ਇਹ ਲੋਕਾਂ ਵੱਲੋਂ ਸੇਵਾ ਹੀ ਆ। ਸੇਵਾ ਹੀ ਆ ਜੀ। ਠੀਕ ਆ ਜੀ। 20 ਲੀਟਰ ਅੱਜ ਦੇ ਬਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਆਹ ਸਾਹਮਣੇ ਨਹਿਰ ਦੇਖੋ, ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ, ਅਤੇ ਆਹ ਜਿਹੜਾ ਪਾਣੀ ਸਾਰਾ ਰਾਜਸਥਾਨ ਜਾ ਰਿਹਾ, ਤੁਸੀਂ ਦੇਖ ਸਕਦੇ ਹੋ। ਪੰਜਾਬ ਦੇ ਵਿੱਚ ਜੇ 90 ਦੇ ਦਸ਼ਕ ਦੇ ਵਿੱਚ ਦੇਖੀਏ ਤਾਂ ਪਾਣੀ ਆਪਣਾ 30-40 ਫੁੱਟ ਡੂੰਘਾ, ਹੈ ਨਾ, ਨਲਕੇ ਲੱਗੇ ਹੁੰਦੇ ਸੀਗੇ, ਅਤੇ ਉਸ ਤੋਂ ਬਾਅਦ ਉਦੋਂ ਕਹਿੰਦੇ ਪਾਣੀ ਬਹੁਤ ਹੈ ਪੰਜਾਬ ਵਿੱਚ। ਖੂਹਾਂ ਦੇ ਵਿੱਚ ਪਾਣੀ ਟਿੰਡਾਂ ਨਾਲ ਭਰਿਆ ਜਾਂਦਾ ਸੀ, ਉਸ ਤੋਂ ਥੋੜ੍ਹਾ ਚਿਰ ਪਹਿਲਾਂ। ਉਸ ਤੋਂ ਬਾਅਦ ਆਪਣੇ ਮੋਟਰਾਂ ਲੱਗ ਗਈਆਂ, ਮੋਟਰਾਂ ਤੋਂ ਬਾਅਦ ਸਬਮਰਸੀਬਲ ਮੋਟਰਾਂ ਆ ਗਈਆਂ। ਹੁਣ 300-500 ਫੁੱਟ ਡੂੰਘੇ ਪਾਣੀ ਚਲੇ ਗਿਆ। ਪਰ ਜਿਹੜਾ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਸੀ, ਉਹਦਾ ਆਪਣਾ ਪਾਣੀ ਜਿਹੜਾ, ਇਹਨੂੰ ਆਪਾਂ ਚਾਹੇ ਲੁੱਟਿਆ ਜਾ ਰਿਹਾ ਕਹਿ ਦਈਏ, ਅਤੇ ਚਾਹੇ ਕਹਿ ਦਈਏ ਵੀ ਸਾਡਾ ਪਾਣੀ ਖੋਇਆ ਗਿਆ। ਆਹ ਦੇਖੋ, ਹੁਣ ਇਸ ਟਾਈਮ ਅਸੀਂ ਹੈਗੇ ਹਾਂ ਫਰੀਦਕੋਟ ਦੇ ਏਰੀਏ ਦੇ ਵਿੱਚ। ਆਹ ਸਾਹਮਣੇ ਇੱਧਰਲੇ ਪਾਸੇ ਫਰੀਦਕੋਟ ਹੈ, ਅਤੇ ਆਹ ਦੇਖੋ ਆਹ ਰੋਡ ਫਰੀਦਕੋਟ ਨੂੰ ਹੀ ਜਾਂਦਾ, ਅਤੇ ਇੱਥੇ ਦਾ ਤੁਹਾਨੂੰ ਅਸੀਂ ਹਾਲ ਦਿਖਾਲਦੇ ਨੇੜੇ ਤੇੜੇ ਪਿੰਡਾਂ ਦਾ। ਅਤੇ ਮੈਂ ਅੱਗੇ ਵੀ ਇੱਥੇ ਆਇਆ ਸੀਗਾ, ਪਰ ਉਦੋਂ ਮੈਂ ਪ੍ਰੋਪਰ ਨਹੀਂ ਦਿਖਾ ਸਕਿਆ। ਆਹ ਦੇਖੋ, ਆਹ ਭਾਅ ਜੀ ਇੱਥੇ ਇੱਕ ਪਾਣੀ ਭਰ ਰਹੇ ਆ, ਆਪਾਂ ਗੱਲ ਕਰਦੇ ਇਹਨਾਂ ਨਾਲ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਪਾਣੀ ਕੀ ਕਰਨਾ ਤੁਸੀਂ? ਇਹ ਘਰਾਂ 'ਚ ਪਾਉਣੇ ਜੀ, 20 ਲੀਟਰ ਦਹਾਂ ਦਾ। ਅੱਛਾ, ਇਹ ਘਰਾਂ 'ਚ ਤੁਸੀਂ ਆਪਣੇ ਘਰ ਵਾਸਤੇ ਲਿਜਾ ਰਹੇ? ਨਹੀਂ ਜੀ, ਇਹ ਘਰਾਂ 'ਚ ਦੂਜੇ ਆਮ ਘਰਾਂ 'ਚ ਵੇਚਣ ਵਾਸਤੇ ਲਿਆਉਣੀ, ਵੇਚਣ ਵਾਸਤੇ। ਹਾਂਜੀ। ਅਤੇ ਜਿਹੜੇ ਇੱਥੇ ਪਿੰਡ ਆ, ਅਤੇ ਉਹਨਾਂ ਦਾ ਪਾਣੀ ਨੂੰ ਕੀ ਗੱਲ ਆ? ਉਹ ਪਾਣੀ ਮਾੜਾ ਜੀ। ਕੀ ਹੋਇਆ ਪਾਣੀ ਨੂੰ? ਉਹ ਖਾਰਾ ਜੀ। ਕਿੰਨੇ ਕੁ ਏਰੀਏ ਦਾ ਪਾਣੀ ਇੱਦਾਂ ਖਾਰਾ? ਖਾਰਾ ਸਾਰੇ ਏਰੀਏ ਦਾ ਕੰਮ ਖਾਰਾ ਹੀ ਆ, ਮਸ਼ੀਨ ਵਾਲੇ ਅਤੇ ਕਰਕਾਹ ਨੂੰ। ਹਾਂ, ਮੁਲਾਜ਼ਮ ਵੀ ਇੱਥੋਂ ਕਈ ਦਾ ਕਿਹੜੇ ਡਿਊਟੀ ਦੇ ਆਉਂਦੇ, ਆਪ ਹੀ ਭਰ ਕੇ ਲੈ ਜਾਂਦੇ ਆ। ਅੱਛਾ, ਉਹ ਇੱਥੋਂ ਹੀ ਭਰਦੇ ਪਾਣੀ ਇੱਦਾਂ? ਹਾਂਜੀ। ਅਤੇ ਕਿੰਨੇ ਕੁ ਨਲਕੇ ਲੱਗੇ ਆ? ਨਲਕੇ ਬਹੁਤ ਲੱਗੇ ਜੀ, ਕਾ ਕੋਟ ਵਾਲੇ ਪੁੱਲ 'ਤੇ ਵੀ ਲੱਗੇ ਆ, ਇੱਧਰ ਆਇਆ ਇਸ ਪੁੱਲ 'ਤੇ ਵੀ ਲੱਗੇ ਆ। ਆਹ ਪੁੱਲ ਤਾਂ ਬੰਦ ਹੋ ਗਿਆ ਜੀ। ਅੱਛਾ, ਇੱਥੋਂ ਨਲਕੇ ਲੋਕ ਭਰਨੋਂ ਹਟ ਗਏ, ਲੰਘਾ ਹੀ ਨਹੀਂ ਗਾ। ਅੱਛਾ,
ਤੇ ਇਹ ਤੁਹਾਨੂੰ ਦਿਹਾੜੀ ਚ ਕਿੰਨੇ ਚੱਕਰ ਲਾ ਦਿੰਦੇ ਤੁਸੀਂ? 4 ਲਾ ਦੇਦੇ ਆ, 5 ਲਾ ਦੇ ਜੀ। ਕਿੰਨੇ ਦੀ ਟੈਂਕੀ ਵੇਚਦੀ ਤੁਹਾਡੀ? 230 ਰੁਪਈਆਂ ਦੀ। 230 ਰੁਪਈਆਂ ਦੀ? ਤੇ ਜਿਹੜੇ ਬੰਦੇ ਗਰੀਬ ਆ ਉਹਨਾਂ ਦਾ ਕੀ ਹਾਲ ਹੁੰਦਾ? ਉਹ ਗਰੀਬ ਵੀ ਵਿਚਾਰੇ ਲੈਂਦੇ ਆ 10 ਰੁਪਈਆਂ ਦੇ, ਕਿੰਨਾ ਲੈ ਲੈਂਦੇ ਆ ਜੀ? 10 ਰੁਪਏ ਦੀ ਬਾਲਟੀ? ਹਾਂਜੀ, ਮਤਲਬ 20 ਲੀਟਰ। ਹਾਂਜੀ, ਠੀਕ ਆ। ਇਹ ਤਾਂ ਫਿਰ ਬਹੁਤ, ਇਸ ਏਰੀਏ 'ਚ ਸਰਕਾਰਾਂ ਨਹੀਂ ਕੁਛ ਕਰ ਰਹੀਆਂ? ਸਰਕਾਰਾਂ ਨੇ ਕੀ ਕਰਨਾ, ਲਾਏ ਸੀਗੇ ਫਿਲਟਰ, ਉਹ ਖਰਾਬ ਹੋ ਗਏ ਜੀ। ਅੱਛਾ, ਪਾਣੀ ਮਾੜੇ ਕਰਕੇ। ਹਾਂ, ਤੇ ਜਿੱਦਾਂ ਹੁਣ ਇੱਥੇ ਨਹਿਰ ਹੈ, ਜੇ ਨਹਿਰ ਤੋਂ ਵੱਡੇ ਫਿਲਟਰ ਲੱਗੇ ਹੋਣ ਤੇ ਨੇੜੇ ਤੇੜੇ ਪਿੰਡਾਂ ਨੂੰ ਸਪਲਾਈ ਕੀਤਾ ਜਾਵੇ, ਵਧੀਆ ਨਹੀਂ? ਇੱਦਾਂ ਵਧੀਆ ਤਾਂ ਜੀ, ਹੁਣ ਭਾਣੇ ਲੱਗਾ ਸੀਗਾ ਵਾਟਰ ਬਾਕਸ, ਉਹ ਬੰਦ ਜੀ, ਸਾਡੇ ਵੀ ਲੱਗਿਆ ਜਾਂਦਾ। ਅੱਛਾ, ਹੁਣ ਕਿੱਲੇ ਤੋਂ ਪਤਾ ਲੱਗੂ ਕਿਆ? ਮਤਲਬ ਸਰਕਾਰ ਕੋਸ਼ਿਸ਼ ਕਰ ਰਹੀ ਆ? ਹਾਂ, ਤੇ ਥੱਲੇ ਕਿੱਲੇ ਤੋਂ ਪਤਾ ਲੱਗੂ ਜੀ। ਠੀਕ ਆ, ਜਿਹੜਾ ਥੱਲੇ ਵਾਲਾ ਪਾਣੀ ਆ, ਉਹ ਪਾਣੀ ਨੂੰ ਕੀ ਗੱਲ ਆ? ਉਹ ਮਾੜਾ ਜੀ, ਤਾਂ ਹੱਦੋਂ ਵੱਧ ਕੋਈ ਬਿਮਾਰੀਆਂ ਲੱਗਦੀਆਂ? ਬਿਮਾਰੀਆਂ ਨਹੀਂ ਲੱਗਦੀਆਂ, ਉਹ ਕੌੜਾ ਪਾਣੀ। ਕੌੜਾ ਪਾਣੀ ਆ, ਫਿਰ ਕੋਈ ਜੇ ਜ਼ਿਆਦਾ ਪੀਵਾਂਗੇ ਪ੍ਰੋਬਲਮ ਤਾਂ ਆਏਗੀ। ਹਾਂ, ਹਾਜ਼ਮੇ ਨਹੀਂ ਆਉਂਦਾ ਗਾ। ਤੇ ਜਿਹੜੇ ਆਪਣੇ ਪਸ਼ੂ ਆ, ਤੇ ਉਹਨਾਂ ਨੂੰ ਕਿਹੜਾ ਪਾਣੀ ਇਹ ਪਿਲਾਉਂਦੇ ਜਾਂ ਉਹੀ ਪਿਲਾਈ ਜਾਂਦੇ ਆ? ਉਹੀ ਪਿਲਾਈ ਜਾਂਦੇ ਜੀ, ਪਸ਼ੂ ਵਿਚਾਰੇ ਮਾਰੀ ਦੇ ਪੀ ਜਾਂਦੇ ਆ। ਅੱਛਾ, ਤੇ ਪਸ਼ੂਆਂ ਨੂੰ ਕੋਈ ਬਿਮਾਰੀ? ਪਸ਼ੂਆਂ ਨੂੰ ਬਿਮਾਰੀ ਬੁਮਾਰੀ ਤਾਂ ਪਤਾ ਨਹੀਂ। ਤੇ ਜਿਹੜਾ ਪਾਣੀ ਘਰਾਂ 'ਚ ਕੱਪੜੇ ਧੋਣ ਲਈ ਜਾਂ ਨਹਾਉਣ ਧੋਣ ਲਈ ਕਿਹੜਾ ਵਰਤਦੇ ਆ? ਇਹ ਕਾਹ ਹੀ ਵਰਤਦੇ ਆ, ਘਰ ਵਾਲਾ ਜੀ। ਅੱਛਾ, ਉਹ ਜਿਹੜਾ ਘਰ ਪਾਣੀ ਥੱਲਿਓਂ ਨਿਕਲਦਾ ਉਹੀ ਵਰਤੀ ਜਾਂਦੇ? ਹਾਂਜੀ, ਠੀਕ ਆ। ਕੱਪੜੇ ਵਧੀਆ ਨਿਖਰਦੇ ਉਹਦੇ ਨਾਲ, ਇਹ ਪੀਣ 'ਚ ਹੀ ਮਾੜਾ, ਥੋੜ੍ਹਾ ਪੀਣ 'ਚ ਮਾੜਾ ਪਾਣੀ। ਹਾਂਜੀ, ਲਓ ਜੀ, ਇਹ ਹਾਲ ਹੈ ਇਸ ਟਾਈਮ ਪੰਜਾਬ ਦਾ। ਅਸੀਂ ਕਹਿੰਦੇ ਕਿ ਪੰਜਾਬ ਨੂੰ ਕੁਛ ਨਹੀਂ ਹੋਣਾ, ਹੁਣ ਤੁਹਾਡੇ ਸਾਹਮਣੇ ਆ, ਨਲਕਾ ਚੱਲ ਰਿਹਾ ਦੇਖ ਲਓ, ਤੇ ਪਾਣੀ ਇੱਥੋਂ ਲਿਜਾ ਕੇ ਪੀਣ ਵਾਸਤੇ ਲੋਕ ਮਜਬੂਰ ਆ ਕਹਿ ਸਕਦੇ ਆ। ਆਪਾਂ ਅੱਗੇ ਵੀ ਚੱਲਦੇ ਹਾਂ, ਤੁਹਾਨੂੰ ਬਤਾਉਂਦਾ, ਅਸਲ 'ਚ ਅਸੀਂ ਫਰੀਦਕੋਟ ਅੱਗੇ ਆਏ ਸੀਗੇ, ਉਦੋਂ ਇਹ ਪਾਣੀ ਬਾਰੇ ਸਾਨੂੰ ਪਤਾ ਲੱਗਾ ਸੀ, ਅਸੀਂ ਦੇਖਿਆ ਸੀ ਵੀਡੀਓ ਨੂੰ, ਬਾਹਲੀ ਅਸੀਂ ਗੰਭੀਰਤਾ ਨਾਲ ਨਹੀਂ ਲਿਆ ਸੀਗਾ, ਅਸੀਂ ਇੱਕ ਸੈਂਪਲ ਤਰੀਕੇ ਦੇ ਨਾਲ ਵੀਡੀਓ ਦੇ ਵਿੱਚ ਦੱਸਿਆ ਸੀ ਇਸ ਤਰ੍ਹਾਂ ਕਰਕੇ ਪਾਣੀ ਦਾ ਹੈ, ਪਰ ਮੇਰੀ ਆਤਮਾ ਨੇ ਗਵਾਹੀ ਨਹੀਂ ਦਿੱਤੀ। ਅਸੀਂ ਦੁਬਾਰਾ ਇੱਥੇ ਇਸੇ ਵੀਡੀਓ ਬਣਾਉਣ ਵਾਸਤੇ ਇੱਧਰਲੇ ਪਾਸੇ ਆਏ ਹਾਂ ਅਸੀਂ। ਬੜਾ ਦੁੱਖ ਹੁੰਦਾ ਯਾਰ ਪੰਜਾਬ ਦਾ ਇਹ ਹਾਲ ਅੱਜ ਦੀ ਡੇਟ ਦੇ ਵਿੱਚ, ਤੇ ਜਿਹੜੇ ਲੋਕ ਕਹਿੰਦੇ ਕਿ ਪੰਜਾਬ ਨੂੰ ਕੁਛ ਨਹੀਂ ਹੋਣਾ, ਹੁਣ ਤੁਹਾਡੇ ਸਾਹਮਣੇ ਆ, ਦੇਖੋ ਕਿੰਨਾ ਹਰਿਆ ਭਰਿਆ ਪੰਜਾਬ ਆ, ਪੰਜਾਂ ਦਰਿਆਵਾਂ ਦੀ ਧਰਤੀ, ਔਰ ਇਸ ਟਾਈਮ ਪੀਣ ਵਾਸਤੇ ਪਾਣੀ ਸਾਨੂੰ ਮੁੱਲ ਲੈਣਾ ਪੈ ਰਿਹਾ। ਰਾਜੂ, ਹੈ ਵੈਸੇ ਔਖਾ ਇਹਨਾਂ ਲੋਕਾਂ ਵਾਸਤੇ? ਮੁਸ਼ਕਿਲ ਭਾਜੀ, ਬਹੁਤ ਮੁਸ਼ਕਿਲ ਹੈ। ਪੰਜਾਬ ਦੇਖੋ ਉਦਾਂ ਇਹ ਕਿੱਦਾਂ ਐਨ ਹਰਿਆ ਭਰਿਆ, ਦਰਖਤ ਕਿੰਨੇ ਸੋਹਣੇ ਆ, ਹਰਿਆਲੀ ਤਾਂ ਬਹੁਤ ਹੈ ਜੀ, ਪੂਰੀ ਹਰਿਆਲੀ ਆ, ਆਹ ਦੇਖੋ ਨਾ। ਬਟ ਉਹ ਵੀ ਦੱਸਦੇ ਵੀ ਪਾਣੀ, ਮੋਟਰਾਂ ਸਮਰਸੀਬਲ ਮੋਟਰਾਂ ਤਾਂ ਬੋਰ ਵੀ ਪਾਣੀ ਵੀ ਉੱਪਰ ਹੀ ਆ, ਉੱਪਰ ਹੀ ਆ, ਤੇ ਬਟ ਪਾਣੀ ਦਾ ਟੇਸਟ ਨਹੀਂ ਗਾ, ਟੇਸਟ ਨਹੀਂ ਹੈ, ਪਾਣੀ ਕੌੜਾ ਆ, ਕਹਿੰਦੇ ਪੀਣ ਕਾਬਲ ਨਹੀਂ ਹੈਗਾ। ਅਤੇ ਜ਼ਿਆਦਾਤਰ ਦੇਖਦੇ ਇੱਥੇ ਅੱਗੇ ਵੀ ਨਲਕੇ, ਇਸ ਨਹਿਰ ਦੇ ਉੱਤੇ ਬਹੁਤ ਸਾਰੇ ਨਲਕੇ ਲੱਗੇ ਆ, ਅਤੇ ਆਪਾਂ ਦੇਖਦੇ ਅੱਗੇ ਜਾ ਕੇ ਵੀ। ਆ ਵੀ ਦੇਖੋ ਨਹਿਰ ਦੇ ਉੱਤੇ ਆਮ ਨਲਕੇ ਲੱਗੇ, ਆਪਣੇ ਦੁਆਬੇ ਵਿੱਚ ਤਾਂ ਨਲਕੇ ਦਾ ਕੋਈ ਹੈ ਹੀ ਨਹੀਂ ਕਿਤੇ, ਪਰ ਆ ਦੇਖੋ ਇੱਥੇ ਆਮ ਨਲਕੇ ਲੱਗੇ ਹੋਏ ਆ, ਪਾਣੀ ਪੀਣ ਵਾਸਤੇ ਜਾਂ ਫਿਰ ਉੱਦਾਂ ਹੱਥ ਪੈਰ ਧੋਣ ਵਾਸਤੇ ਲੋਕ ਸਾਰੇ ਲੈ ਕੇ ਜਾ ਰਹੇ ਆ। ਬਾਬਾ ਬੰਦਾ ਸਿੰਘ ਬਹਾਦਰ ਕਾਲਜ ਆਫ ਐਜੂਕੇਸ਼ਨ ਚੌਂਕ ਆ ਵਿੱਚ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸਟੈਚੂ ਲੱਗਾ ਹੋਇਆ। ਨਹਿਰ ਦਾ ਦ੍ਰਿਸ਼ ਦੇਖੋ ਉੱਦਾਂ ਪੂਰਾ ਹਰਿਆ ਭਰਿਆ, ਕਿੰਨੀ ਵੱਡੀ ਨਹਿਰ ਹੈ, ਇਹ ਦੋ ਨਹਿਰਾਂ ਆ। ਆ ਮੋਹਰੇ ਰੇਲਵੇ ਫਾਟਕ ਹੋ ਗਿਆ, ਹਰਿਆਲੀ ਪੂਰੀ ਆ ਪੰਜਾਬ ਵਿੱਚ ਇਸ ਏਰੀਏ 'ਚ, ਪਰ ਪੀਣ ਵਾਲਾ ਪਾਣੀ ਬਹੁਤ ਘੱਟ ਕਹਿ ਸਕਦੇ ਹਾਂ। ਮੇਰੇ ਪਿੱਛੇ ਨਹਿਰ ਦੇਖੋ ਤੁਸੀਂ, ਇਹਦੇ ਨਾਲ ਦੀਆਂ ਦੋ ਨਹਿਰਾਂ ਜਿਹੜੀਆਂ ਸਿੱਧੀਆਂ ਰਾਜਸਥਾਨ ਜਾ ਰਹੀਆਂ, ਇਹ ਸਾਰਾ ਪਾਣੀ ਆਪਾਂ ਕਹਿ ਸਕਦੇ ਪੰਜਾਬ ਦਾ ਹੀ ਆ।
ਅਤੇ ਜਿਹੜਾ ਰਾਜਸਥਾਨ ਨੂੰ ਜਾ ਰਿਹਾ ਵਧੀਆ ਗੱਲ ਹੈ, ਚਲੋ ਵੰਡ ਕੇ ਖਾਣਾ ਚਾਹੀਦਾ। ਪੰਜਾਬੀਆਂ ਦੀ ਆਪਣੀ ਇੱਕ ਵੈਸੇ ਵੀ ਸੋਚ ਆ ਕਿ ਵੰਡ ਕੇ ਹੀ ਖਾਣਾ ਚਾਹੀਦਾ ਹੈ, ਪਰ ਇਸ ਟਾਈਮ ਪੰਜਾਬ ਤਾਂ ਆਪ ਮੁਸੀਬਤ ਦੇ ਬਿਲਕੁਲ ਨੇੜੇ ਖੜ੍ਹਾ ਆ। ਜੇ ਸਰਕਾਰੀ ਅੰਕੜੇ ਦੇਖੇ ਜਾਣ ਤਾਂ 2035 ਤੱਕ ਪੰਜਾਬ ਦਾ ਪਾਣੀ ਬਿਲਕੁਲ ਲਗਭਗ ਖਤਮ ਹੋ ਸਕਦਾ। ਸੋ ਵੀਰੋ, ਜਿਹੜਾ ਪਾਣੀ ਆ ਪੰਜਾਬ ਦਾ ਹੈ ਨਾ, ਇਹਨੂੰ ਹੁਣ ਸਾਂਭਣ ਦੀ ਲੋੜ ਆ। ਇਹ ਨਾ ਹੋਵੇ ਕਿ ਕੱਲ੍ਹ ਨੂੰ ਸਾਡਾ ਵੀ ਇਹੀ ਹਾਲ ਹੋਵੇ ਕਿ ਪਾਣੀ ਪੀਣ ਨੂੰ ਇੱਧਰ ਉੱਧਰ ਲਿਆਉਣਾ ਪਵੇ। ਦੇਖੋ ਜੀ, ਨਹਿਰ ਦੇ ਉੱਪਰ ਆਪਾਂ ਆ ਚੁੱਕੇ ਹਾਂ। ਜਾਮ ਲੱਗਾ ਪਿਆ ਥੋੜ੍ਹਾ ਜਿਹਾ, ਉਹ ਟਰਾਲੀ ਵਾਲਾ ਜਿਹੜਾ ਜਾ ਰਿਹਾ ਨਾ, ਉਹਦੇ ਕਰਕੇ ਅਸੀਂ ਲੰਘ ਗਏ। ਉਹ ਤਾਂ ਮੂੰਹ ਤਾਂ ਚੱਕ ਕੇ ਟਰੈਕਟਰ ਦਾ ਨਾ ਇੱਧਰ ਲੈ ਆਇਆ ਸੀਗਾ। ਫਰੀਦਕੋਟ ਦਾ ਏਰੀਆ ਨਹਿਰ ਦੇ ਕੋਲ, ਆਹ ਦੇਖੋ ਲੋਕ ਪਾਣੀ ਘਰਾਂ ਨੂੰ ਭਰ ਭਰ ਕੇ ਲੈ ਕੇ ਜਾ ਰਿਹਾ। ਕਿੰਨੇ ਨਲਕੇ ਲੱਗੇ? 1, 2, 3, 4 ਅਤੇ 5 ਨਲਕੇ। ਆ ਜਿੰਨੇ ਵੀ ਮੋਟਰਸਾਈਕਲਾਂ 'ਤੇ ਖੜ੍ਹੇ ਆ, ਸਕੂਟਰਾਂ 'ਤੇ, ਇਹ ਸਾਰੇ ਪਾਣੀ ਲੈਣ ਹੀ ਆਏ ਆ। ਆਹ ਦੇਖੋ ਭਾਅ ਜੀ ਹੁਣੀ ਇੱਕ ਆਏ ਆ, ਇਹ ਵੀ ਪਾਣੀ ਲੈਣ ਆਇਆ ਰਿਕਸ਼ੇ ਦੇ ਉੱਤੇ। ਇੱਧਰ ਵੀ ਭਾਅ ਜੀ ਖੜ੍ਹੇ ਸਾਈਕਲ ਦੇ ਉੱਤੇ, ਇਹ ਵੀ ਆਪਣਾ ਪਾਣੀ ਲੈ ਕੇ ਜਾ ਰਿਹਾ ਸਾਰੇ। ਜਿੰਨੇ ਵੀ ਇੱਥੇ ਵੀਰ ਆ ਰਹੇ ਨਾ, ਸਾਰੇ ਤਕਰੀਬਨ ਪਾਣੀ ਵਾਸਤੇ ਹੀ ਆ ਰਹੇ ਆ। ਆਹ ਵੀ ਦੇਖੋ ਸਕੂਟਰੀ ਦੇ ਉੱਤੇ ਪਾਣੀ ਲੈ ਕੇ ਆਉਣ। ਇਹ ਹਾਲ ਹੈ ਜੀ ਪੰਜਾਬ ਦੇ ਇਸ ਏਰੀਏ ਦਾ। ਘਰਾਂ ਨੂੰ ਲਿਜਾਣ ਲਈ ਪਾਣੀ ਲਾਈਨ ਲੱਗੀ ਲੋਕਾਂ ਦੀ। ਦੇਖੋ ਇਸ ਟਾਈਮ ਆਹ ਨਹਿਰ ਹੈ, ਨਹਿਰ ਦੇ ਨਾਲ ਪਾਣੀ ਆ ਸਾਰਾ, ਤੁਸੀਂ ਦੇਖ ਸਕਦੇ ਹੋ। ਆਹ ਦੇਖੋ ਜੀ ਭਾਅ ਜੀ ਰਿਕਸ਼ੇ 'ਚ ਲੈਣਾ ਹੈ ਪਾਣੀ। ਸਤਿ ਸ਼੍ਰੀ ਅਕਾਲ ਭਾਅ ਜੀ। ਇਹ ਪਾਣੀ ਕਾਹਦੇ ਵਾਸਤੇ ਲੈ ਕੇ ਚੱਲੇ ਭਾਅ ਜੀ? ਪੀਣ ਵਾਸਤੇ। ਰੋਜ਼ ਲਿਆਉਣਾ ਪੈਂਦਾ ਤੁਹਾਨੂੰ? ਹਾਂਜੀ। ਅੱਛਾ ਜੀ, ਇਹ ਕਿੰਨਾ, ਇਹ ਕਿੰਨੇ ਲੀਟਰ ਹੈ ਪਾਣੀ? 20 ਲੀਟਰ ਹੈ। 40? 20 ਲੀਟਰ। ਅੱਛਾ, ਰੋਜ਼ ਕਿੰਨੀ ਵਾਰੀ ਲੈ ਕੇ ਜਾਣਾ ਪੈਂਦਾ ਤੁਹਾਨੂੰ? 2 ਦਿਨ ਲੰਘ ਜਾਂਦੇ। 2 ਦਿਨ ਲੰਘ ਜਾਂਦੇ। ਅੱਛਾ, ਅਤੇ ਇਹ ਜਿਹੜਾ ਪਾਣੀ ਆ ਸਿਰਫ ਪੀਣ ਲਈ ਤੁਸੀਂ ਵਰਤਦੇ ਆ? ਪੀਣ ਨੂੰ ਸਬਜ਼ੀ ਬਣਾਉਣਾ। ਠੀਕ ਆ ਭਾਅ ਜੀ। ਪਾਣੀ ਥੱਲਿਓਂ ਨਿਕਲਦਾ, ਉਹਨੂੰ ਉਬਾਲ ਕੇ ਨਹੀਂ ਕੁਛ ਹੁੰਦਾ? ਅੱਛਾ, ਛੋਰਾ ਨਿਕਲਦਾ ਜ਼ਿਆਦਾ ਅਤੇ ਥੱਲੇ ਪਾਣੀ ਦੇ ਚਿੱਟਾ ਚਿੱਟਾ ਜਿਹਾ ਆ ਜਾਂਦਾ ਨਾ, ਅਤੇ ਉਹਦੇ ਨਾਲ ਕੀ ਪ੍ਰੋਬਲਮ ਆਉਂਦੀਆਂ? ਇਹ ਪਾਣੀ ਅੱਛਾ ਪੱਥਰੀ ਜ਼ਿਆਦਾ ਬਣਦੀ ਉਹਦੇ ਨਾਲ, ਇਸ ਕਰਕੇ ਇਹ ਪਾਣੀ ਲੈ ਕੇ ਜਾਂਦੇ ਤੁਸੀਂ? ਅੱਛਾ, ਕਿੰਨੇ ਏਰੀਏ ਦਾ ਇਹ ਹਾਲ ਆ? 15 ਕਿਲੋਮੀਟਰ ਚੰਗਾ ਬਣੀ ਹੈਗਾ ਆਪਣੇ। ਅੱਛਾ, ਬਾਕੀ ਸਾਰਾ ਇੱਦਾਂ ਦਾ ਹੀ ਆ? ਠੀਕ ਹੈ ਜੀ। ਇਹ ਜਿਹੜੇ ਨਲਕੇ ਆ ਭਾਅ ਜੀ, ਇਹ ਸਰਕਾਰੀ ਲੱਗੇ ਹੋਏ ਆ? ਨਹੀਂ ਜੀ, ਪੌਂਦਨ ਕੀਤੇ ਹੋਏ। ਅੱਛਾ, ਸਰਕਾਰ ਨੇ ਨਹੀਂ ਲਵਾਏ? ਨਹੀਂ ਨਹੀਂ। ਅੱਛਾ, ਪੌਂਦਨ ਜਿੱਦਾਂ ਕੋਈ ਆਪਣੇ? ਹਾਂਜੀ, ਖੁਸ਼ੀ ਨਾਲ ਲਵਾ ਦਿੰਦਾ। ਖੁਸ਼ੀ ਨਾਲ ਲਵਾ ਦਿੰਦਾ। ਠੀਕ ਆ ਜੀ, ਇਹ ਲੋਕਾਂ ਵੱਲੋਂ ਸੇਵਾ ਹੀ ਆ? ਸੇਵਾ ਹੀ ਆ ਜੀ। ਠੀਕ ਆ ਜੀ। ਹਰਿਆਲੀ ਦੇਖੋ ਤੁਸੀਂ, ਆਪਣੇ ਦੁਆਬੇ ਵਿੱਚ ਤਾਂ ਨਲਕੇ ਹੈ ਹੀ ਕਿਤੇ ਨਹੀਂ, ਇੱਥੇ ਜਗ੍ਹਾ ਜਗ੍ਹਾ ਨਲਕੇ ਲੱਗੇ ਪਏ। ਨਲਕਿਆਂ ਦਾ ਪਾਣੀ ਨਹਿਰ ਦੇ ਕਰਕੇ ਬਿਲਕੁਲ ਸਾਫ਼ ਸੁਥਰਾ ਪਾਣੀ ਆ, ਪੀਣ ਲਾਇਕ ਪਾਣੀ ਆ, ਇਸ ਕਰਕੇ ਬਿਨਾਂ ਫਿਲਟਰ ਤੋਂ ਉਹਨਾਂ ਨੂੰ ਇਹ ਅਨਮੋਲ ਖਜ਼ਾਨਾ ਮਿਲਦਾ। ਹਰਿਆਲੀ ਦੇਖੋ ਤੁਸੀਂ, ਨਹਿਰ ਦੇ ਦੋਨੇ ਪਾਸੇ ਕਿੰਨੀ ਜ਼ਿਆਦਾ ਹੈਗੀ ਆ, ਪਰ ਜਿਹੜਾ ਥੱਲੇ ਵਾਲਾ ਪਾਣੀ ਹੈ ਨਾ, ਉਹ ਖਾਰਾ ਹੋਣ ਕਰਕੇ ਲੋਕਾਂ ਨੂੰ ਪਾਣੀ ਇੱਧਰ ਉੱਧਰੋਂ ਭਰ ਕੇ ਪੀਣ ਵਾਸਤੇ ਲਿਜਾਣਾ ਪੈਂਦਾ। ਇਹ ਆ ਜੀ ਫਰੀਦਕੋਟ ਦਾ ਬਾਹਰੀ ਇਲਾਕਾ। ਆਹ ਦੇਖੋ, ਇੱਥੋਂ ਨਹਿਰ ਵਿੱਚੋਂ ਪਾਣੀ ਭਰ ਕੇ ਇੱਧਰ ਉੱਧਰ ਲਿਜਾਣ ਲਈ ਸਪਲਾਈ ਵਾਸਤੇ ਉਹ ਸਾਹਮਣੇ ਖੂਹ ਜਿਹਾ ਬਣੇ ਹੋਏ ਆ, ਨਹਿਰਾਂ ਭਰੀਆਂ ਪਈਆਂ। ਦਰੱਖਤ ਦੇਖੋ ਕਿੰਨੇ ਸੋਹਣੇ ਇੱਧਰਲੇ ਪਾਸੇ,
ਦੋਨੇ ਨਹਿਰਾਂ ਲੱਪਾ ਲੱਪ ਭਰ ਕੇ ਸਿੱਧੀਆਂ ਰਾਜਸਥਾਨ ਜਾਂਦੀਆਂ। ਦਰੱਖਤ ਦੇਖੋ ਤੁਸੀਂ ਕਿੰਨੇ ਸੰਘਣੇ ਇੱਧਰਲੇ ਪਾਸੇ, ਪੂਰੀ ਹਰਿਆਲੀ, ਟੈਂਪਰੇਚਰ ਵੀ ਥੋੜ੍ਹਾ ਘੱਟ ਆ ਇਸ ਟਾਈਮ ਇੱਥੇ। ਹਾਂਜੀ, ਅੱਜ ਦੀ ਵੀਡੀਓ ਬਣਾਉਣ ਦਾ ਮੇਨ ਮਕਸਦ ਸੀ ਕਿ ਪਾਣੀ ਬਾਰੇ ਤੁਹਾਨੂੰ ਜਾਣਕਾਰੀ ਦੇਣਾ। ਇਸ ਇਲਾਕੇ ਫਰੀਦਕੋਟ ਦੇ ਇਲਾਕੇ ਦਾ ਪਾਣੀ ਜਿਹੜਾ ਕਾਫੀ ਖਾਰਾ ਸੀਗਾ ਅਤੇ ਲੋਕ ਪਾਣੀ ਨਲਕਿਆਂ ਤੋਂ ਜੋ ਨਹਿਰ ਦੇ ਕੰਢੇ 'ਤੇ ਲੱਗੇ ਹੋਏ ਆ ਇੱਥੋਂ ਭਰ ਭਰ ਕੇ ਲੈ ਕੇ ਜਾਂਦੇ ਆ। ਇਹ ਨਲਕੇ ਜ਼ਿਆਦਾਤਰ ਲੋਕਾਂ ਵੱਲੋਂ ਸੇਵਾ ਕਰਾਈ ਆ ਅਤੇ ਉੱਥੋਂ ਹੀ ਪਾਣੀ ਲੋਕ ਭਰ ਕੇ ਲਿਜਾ ਕੇ ਆਪਣੇ ਘਰਾਂ ਪੀਣ ਵਾਸਤੇ ਲਿਜਾਂਦੇ ਆ ਅਤੇ ਕੁਛ ਲੋਕ ਇਸ ਪਾਣੀ ਨੂੰ ਵੇਚਦੇ ਆ। 20 ਰੁਪਏ ਦੀ 40 ਲੀਟਰ, 50 ਪੈਸੇ ਲੀਟਰ ਪਾਣੀ ਇੱਥੋਂ ਲਿਜਾ ਕੇ ਵੇਚਦੇ ਆ। ਉਹਨਾਂ ਦਾ ਚਲੋ ਰੋਜ਼ਗਾਰ ਸੋਹਣਾ ਰੋਜ਼ਗਾਰ ਚੱਲਦਾ ਆ। ਅਤੇ ਅੱਜ ਦੀ ਵੀਡੀਓ ਇੱਥੇ ਸਮਾਪਤੀ ਹੈ ਜੀ। ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਚੰਗਾ ਜੀ, ਧੰਨਵਾਦ ਜੀ।